ਤਵੀ ਤੇ ਬਿਠਾ ਕੇ ਮੇਰੇ ਗੁਰਾਂ ਨੂੰ ਤਸੀਹੇ ਦੇਵੇਂ। ਤਵੀ ਤੇ ਬਿਠਾ ਕੇ ਮੇਰੇ ਗੁਰਾਂ ਨੂੰ ਤਸੀਹੇ ਦੇਵੇਂ। ਤੱਤੀ ਤੱਤੀ ਰੇਤ ਨਾਲੇ, ਤੱਤੀ ਤੱਤੀ ਰੇਤ ਨਾਲੇ ਸੀਸ ਉੱਤੇ ਪਾਵੇਂ। ਮੁਗਲ ਹਕੂਮਤ ਤੂੰ ਨਰਕ ਨੂੰ ਜਾਵੇਂ, ਮੁਗਲ ਹਕੂਮਤ ਤੂੰ ਨਰਕ ਨੂੰ ਜਾਵੇਂ। ਤੇਰਾ ਪਾਣਾ ਮਿੱਠਾ ਕੇ ਤਸੀਹੇ ਗੁਰਾਂ ਮਾਨਣੇ, ਪਸ਼ੂ ਤੇਰੀ ਬਿਰਤੀਏ ਆ ਗਈ ਅੱਜ ਸਮਾਂ। ਤੇਰਾ ਪਾਣਾ ਮਿੱਠਾ ਕੇ, ਤੇਰਾ ਪਾਣਾ ਮਿੱਠਾ ਕੇ ਤਸੀਹੇ ਗੁਰਾਂ ਮਾਨਣੇ, ਪਸ਼ੂ ਤੇਰੀ ਬਿਰਤੀਏ ਆ ਗਈ ਅੱਜ ਸਮਾਂ। ਜੁਰਮਾਂ ਦੀ ਅੱਤ ਕਰ ਰੱਬ ਨੂੰ ਡਰਾਵੇਂ, ਮੁਗਲ ਹਕੂਮਤ ਤੂੰ ਨਰਕਾਂ ਨੂੰ ਜਾਵੇਂ, ਮੁਗਲ ਹਕੂਮਤ ਤੂੰ ਨਰਕਾਂ ਨੂੰ ਜਾਵੇਂ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਇੱਕ ਮੁਲਾਕਾਤ ਵਿਸ਼ੇਸ਼ ਦੇ ਵਿੱਚ ਅੱਜ ਆਪਾਂ ਇਹ ਜੋ ਪਵਿੱਤਰ ਗੀਤ ਹੈ, ਧਾਰਮਿਕ ਗੀਤ ਹੈ, ਅਮਰੀਕ ਜੱਸਲ ਜੀ ਕੋਲੋਂ ਸੁਣ ਰਹੇ ਹਾਂ। ਜੱਸਲ ਜੀ ਦਾ ਇਹ ਗੀਤ 10 ਜੂਨ ਨੂੰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਮੌਕੇ ਰਿਲੀਜ਼ ਹੋਏਗਾ, ਸੰਗਤਾਂ ਨੂੰ ਸੁਣਨ ਨੂੰ ਮਿਲੇਗਾ। ਤੋ ਜੱਸਲ ਸਾਹਿਬ, ਇਹ ਜਿਹੜਾ ਪਾਵਨ ਗੀਤ ਹੈ, ਇਸ ਗੀਤ ਬਾਰੇ ਥੋੜ੍ਹੀ ਆਪਾਂ ਦੋਸਤਾਂ ਨਾਲ ਸਾਂਝ ਪਾਉਣੀ ਚਾਹਾਂਗੇ ਕਿ ਇਸ ਦਾ ਕਿਵੇਂ ਤੁਸੀਂ ਇਹਨੂੰ ਗੀਤ ਨੂੰ ਟਰੈਕ ਨੂੰ ਤਿਆਰ ਕੀਤਾ ਹੈ ਅਤੇ ਇਹ ਦਿਨ ਵਿਸ਼ੇਸ਼ ਤੌਰ 'ਤੇ ਕਿਵੇਂ ਚੁਣਿਆ? ਹਾਂਜੀ, ਸਾਰਿਆਂ ਨੂੰ ਪਹਿਲਾਂ, ਸਭ ਤੋਂ ਪਹਿਲਾਂ ਮੇਰੇ ਵੱਲੋਂ ਗਾਇਕ ਅਮਰੀਕ ਜੱਸਲ ਵੱਲੋਂ ਸਤਿ ਸ਼੍ਰੀ ਅਕਾਲ। ਅਤੇ 16 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ 'ਤੇ ਮੈਂ ਕਾਫੀ ਦੇਰ ਤੋਂ, ਮਤਲਬ ਸੀ ਖੁਆਇਸ਼ ਵੀ ਜਿੱਦਾਂ ਸੂਫੀ ਮਤ ਦੇ ਸੌਂਗ ਜਾਂ ਪੰਜਾਬੀ ਸੌਂਗ, ਹਰ ਵਿਸ਼ੇ 'ਤੇ ਅਸੀਂ ਤਕਰੀਬਨ ਸੰਗਤਾਂ ਦੇ ਰੂਬਰੂ ਕਰ ਚੁੱਕੇ ਹਾਂ। ਅਤੇ ਮੈਂ ਚਾਹੁੰਦਾ ਸੀਗਾ ਵੀ ਸਿੱਖੀ 'ਤੇ ਵੀ ਜ਼ਰੂਰ ਕੋਈ ਨਾ ਕੋਈ ਸਾਡਾ ਜਿਹੜਾ ਧਾਰਮਿਕ ਸੌਂਗ ਹੋਣਾ ਚਾਹੀਦਾ ਆ। ਅਤੇ ਉਹ ਇਸ ਕਰਕੇ ਅਸੀਂ ਇਸ ਚੀਜ਼ ਨੂੰ ਪਹਿਲਾਂ ਤਰਜੀਹ ਦਿੱਤੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਵਸ ਨੂੰ ਸਮਰਪਿਤ ਹੀ ਕੋਈ ਸੌਂਗ ਕੀਤਾ ਜਾਵੇ। ਅਤੇ ਉਹ 33 ਸੌਂਗ ਆ ਜੋ ਅਸੀਂ ਉਹ ਤਿਆਰ ਕੀਤਾ ਜੀ। ਜੀ ਜੱਸਲ ਜੀ, ਇਹ ਜਿਹੜਾ ਗੀਤ ਹੈ, ਇਹਦੇ ਲਿਖਿਆ, ਇਹਦੇ ਲਿਖਾਰੀ ਕੌਣ ਨੇ ਅਤੇ ਇਹਦਾ ਮਿਊਜ਼ਿਕ ਕਿਵੇਂ ਬਣਿਆ, ਇਹਦੇ ਬਾਰੇ ਜ਼ਰੂਰ ਸਾਂਝ ਪਾਓ। ਹਾਂਜੀ, ਬਹੁਤ ਖੁਸ਼ੀ ਦੀ ਗੱਲ ਆ ਕਿ ਮੈਂ ਚਾਹੁੰਦਾ ਸੀਗਾ ਵੀ ਜਿੱਦਾਂ ਦਸੂਹੇ ਵਿੱਚ ਇੱਕ ਥੰਮ ਦੇ ਤੌਰ 'ਤੇ ਸਫਰੀ ਸਾਹਿਬ ਨੇ ਕੰਮ ਕੀਤਾ, ਕਿਉਂ ਨਾ ਉਹਨਾਂ ਦੀ ਹੀ ਅਸੀਂ ਮਤਲਬ ਰੀਸ ਨਾ ਕਰਦੇ ਹੋਏ, ਬਲਕਿ ਥੋੜ੍ਹਾ ਜਿਹਾ ਇੱਕ ਅੰਸ਼ ਲੈ ਕੇ ਤੁਰੀਏ ਪਰੰਪਰਾ ਨੂੰ ਕਾਇਮ ਰੱਖਦੇ ਹੋਏ, ਕਿਉਂਕਿ ਦਸੂਹੇ ਦੇ ਰਹਿਣ ਵਾਲੇ ਅਸੀਂ ਹੈਗੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਵੀ ਇਸ ਚੀਜ਼ ਨੂੰ ਜ਼ਰੂਰ ਨਾਲ ਲੈ ਕੇ ਚੱਲਣਾ ਚਾਹੀਦਾ। ਜੀ 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 ਬਿਲਕੁਲ ਜੀ। ਅਤੇ ਹਾਲ ਹੀ ਵਿੱਚ ਲਿਬਲਾਨ ਤੋਂ ਮੇਰੇ ਬਹੁਤ ਅੱਛੇ ਦੋਸਤ ਹੈ, ਬਹੁਤ ਹੀ ਧਾਰਮਿਕ ਖਿਆਲਾਂ ਦੇ ਬੰਦੇ ਆ, ਅਤੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਤੁਸੀਂ ਕੁਛ ਸਾਨੂੰ ਮੈਟਰ ਦਿਓ। ਜੀ ਅਤੇ ਉਹਨਾਂ ਨੇ ਫਿਰ ਸਾਨੂੰ, ਉਹਨਾਂ ਦਾ ਨਾਮ ਕਾਲਾ ਖਾਨਪੁਰੀ ਹਾਂਜੀ, ਲਿਬਲਾਨ ਵਿਖੇ ਉਹ ਮਤਲਬ ਸੇਵਾ ਨਿਭਾ ਰਹੇ ਆ, ਡਿਊਟੀ ਕਰ ਰਹੇ ਆ। ਜੀ ਜੀ। ਅਤੇ ਉਹਨਾਂ ਨੇ ਫਿਰ ਮੈਨੂੰ ਲਿਖ ਕੇ ਦਿੱਤਾ ਅਤੇ ਅੱਜ ਉਹ ਰਿਕਾਰਡ ਹੋ ਚੁੱਕਾ ਅਤੇ 10 ਜੂਨ ਨੂੰ ਰਣਜੋਤ ਰੈਕਟ ਵੱਲੋਂ, ਜਲੰਧਰ ਵੱਲੋਂ ਉਹ ਰਿਲੀਜ਼ ਹੋ ਰਿਹਾ ਜੀ। ਅਤੇ ਸੰਗੀਤ ਦੇ ਪੱਖ ਤੋਂ ਸ਼ਮੀ ਭਾਅ ਜੀ ਜੇ ਗੱਲ ਕਰੀਏ ਤਾਂ ਬਹੁਤ ਹੀ ਅੱਛੇ ਮਿਊਜ਼ਿਕ ਡਾਇਰੈਕਟਰ USA ਤੋਂ, ਅਕਸਰ ਹੀ ਮੇਰਾ ਉਹਨਾਂ ਨਾਲ ਇੰਨਾ ਕੁ ਪਿਆਰ ਆ। ਉਹ ਮਿਊਜ਼ਿਕ ਡਾਇਰੈਕਟਰ ਸਾਡੇ TMT USA ਜੀ 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 USA ਦੇ ਰਹਿਣ ਵਾਲੇ ਆ ਜੀ, ਅਤੇ ਕਾਫੀ ਵਧੀਆ ਫਿਲਮ ਇੰਡਸਟਰੀ ਨੂੰ ਉਹਨਾਂ ਨੇ ਮਿਊਜ਼ਿਕ ਦਿੱਤਾ ਆ, ਬਾਲੀਵੁੱਡ ਨੂੰ ਮਿਊਜ਼ਿਕ ਦਿੱਤਾ, ਜਿਹੜੇ ਇੰਗਲਿਸ਼ ਮੂਵੀਜ਼ ਉੱਧਰ ਬਣਦੀਆਂ ਹੈਗੀਆਂ ਉਹਨਾਂ ਨੂੰ ਵੀ ਕਾਫੀ ਵਧੀਆ ਤਰੀਕੇ ਨਾਲ ਰੀਮਿਕਸ ਦੇ ਮਾਸਟਰ ਆ ਜੀ ਜੀ ਜੀ। ਅਤੇ ਉਹਨਾਂ ਦੇ ਮਿਊਜ਼ਿਕ ਵਿੱਚ ਸਾਨੂੰ ਗਾਉਣ ਦਾ ਮੌਕਾ ਮਿਲਿਆ ਅਤੇ ਮੈਂ ਆਪਣੇ ਨੂੰ ਬੜਾ ਭਾਗਾ ਸਮਝਦਾ ਜੀ। ਬਿਲਕੁਲ ਜੀ ਦੋਸਤੋ, ਜਿਹੜਾ ਦੁਆਬਾ ਰੇਡੀਓ ਦਾ ਸਿਗਨੇਚਰ ਗੀਤ ਹੈ ਦੁਆਬਾ ਰੇਡੀਓ, ਉਹ ਵੀ ਉਹਨਾਂ ਦਾ ਹੀ ਮਿਊਜ਼ਿਕ ਦੇ ਵਿੱਚ ਤਿਆਰ ਹੋਇਆ ਹੈ ਅਤੇ ਜੱਸਲ ਜੀ ਨੇ ਉਹਦੇ ਵਿੱਚ ਆਪਣੇ ਵੋਕਲਸ ਦਿੱਤੇ ਸੀ, ਬਹੁਤ ਹੀ ਵਧੀਆ। ਅਤੇ ਜੱਸਲ ਸਾਹਿਬ, ਇਸ ਟਰੈਕ ਬਾਰੇ ਹੋਰ ਕਿਹੜੀ ਤੁਸੀਂ ਜਿਹੜੀ ਆ ਵਿਸ਼ੇਸ਼ ਗੱਲ ਜਿਹੜੀ ਉਹ ਦੋਸਤਾਂ ਨਾਲ ਸਾਂਝ ਪਾਉਣੀ ਚਾਹੁੰਦੇ ਹੋ? ਮੈਂ ਬਸ ਇਹੀ ਰੱਬ ਦਾ ਸ਼ੁਕਰਾਨਾ ਕਰਦਾ ਕਿ ਮੈਨੂੰ ਇਸ ਗੀਤ ਨੂੰ ਗਾਉਣ ਦਾ ਮੌਕਾ ਮਿਲਿਆ ਜੀ ਜੀ। ਅਤੇ ਬਹੁਤ ਦਿਨਾਂ ਦੀ ਖੁਆਇਸ਼ ਸੀਗੀ ਵੀ ਮੈਂ ਮਤਲਬ ਸਿੱਖੀ ਨੂੰ ਲੈ ਕੇ, ਸਿੱਖੀ ਦੀ ਜਿਹੜੀ ਹੈਗੀ ਆ
ਕਹਾਣੀਆਂ ਸਿੱਖੀ ਦੀ ਜਿਹੜੀਆਂ ਰਚਨਾਵਾਂ ਹੈਗੀਆਂ ਆ, ਗੁਰਬਾਣੀ ਆ, ਉਹਨਾਂ ਨੂੰ ਧਾਰਮਿਕ ਜਿੱਦਾਂ ਗੀਤ ਦੇ ਰੂਪ ਵਿੱਚ ਗਾ ਕੇ ਤੇ ਆਪਣੀ ਹਾਜ਼ਰੀ ਲਗਾਵਾਂ। ਤੇ ਅੱਜ ਉਹ ਮੌਕਾ ਸਾਨੂੰ ਮਿਲਿਆ ਆ ਜੀ ਜੀ, ਤੇ 10 ਤਰੀਕ ਨੂੰ 10 ਜੂਨ ਨੂੰ ਉਹ ਜਿਹੜਾ ਸੌਂਗ ਸਾਡਾ ਰਿਲੀਜ਼ ਹੋ ਰਿਹਾ ਜੀ। ਬਿਲਕੁਲ ਦੋਸਤੋ, ਸਾਨੂੰ ਵੀ ਇਸ ਵਧੀਆ ਇੱਕ ਪਵਿੱਤਰ ਸ਼ਬਦ ਦਾ ਗੀਤ ਦਾ ਇੰਤਜ਼ਾਰ ਰਹੇਗਾ। ਅਤੇ 10 ਤਰੀਕ ਨੂੰ ਦੋਸਤੋ ਇਹਨੂੰ ਜ਼ਰੂਰ ਤੁਸੀਂ ਡਾਊਨਲੋਡ ਕਰੋ, ਸੁਣੋ, ਸ਼ੇਅਰ ਕਰੋ ਵੱਧ ਤੋਂ ਵੱਧ। ਅਤੇ ਕਿਉਂਕਿ ਜਿਹੜੀ ਇਹ ਕੁਰਬਾਨੀਆਂ ਨੇ ਮਹਾਂਪੁਰਸ਼ਾਂ ਦੀਆਂ, ਗੁਰੂ ਸਾਹਿਬਾਨ ਦੀਆਂ, ਉਹ ਸਾਡੇ ਲਈ ਚਾਨਣ ਮੁਨਾਰਾ ਨੇ, ਔਰ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੀ ਸ਼ਹਾਦਤ ਦੇ ਦਿਨ ਦੇ ਮੌਕੇ, ਇਹ ਆਪਣੇ ਆਪ ਦੇ ਵਿੱਚ ਆਪਣੀ ਵੱਲੋਂ ਇੱਕ ਸ਼ਰਧਾ ਭੇਟ ਕਰਨ ਵਾਲੀ ਗੱਲ ਹੈ। ਅਤੇ ਆਪ ਵੀ ਜ਼ਰੂਰ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸੁਣੋ, ਡਾਊਨਲੋਡ ਕਰੋ। ਸੋ ਜਾਂਦੇ ਜਾਂਦੇ ਆਪਾਂ ਜਸਲ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਸ ਗੀਤ ਦੇ ਨਾਲ ਫਿਰ ਇੱਕ ਵਾਰੀ ਸਾਂਝ ਪਾਈ ਜਾਵੇ। ਸਾਡਾ ਸੌਂਗ ਹੈ ਜਿਹੜਾ, ਇਹ ਟਾਈਟਲ ਇਹਦਾ ਹੈਗਾ ਤੱਤੀ ਤਵੀ ਜੀ ਜੀ। ਹਾਂ, ਤੇ ਤੱਤੀ ਤਵੀ 10 ਜੂਨ ਨੂੰ ਰਿਲੀਜ਼ ਹੋ ਰਿਹਾ, ਤੇ ਬਹੁਤ ਹੀ ਮਾਣ ਵਾਲੀ ਗੱਲ ਆ ਵੀ ਅਸੀਂ ਦੁਆਬਾ ਰੇਡੀਓ ਦੇ ਮੰਚ ਤੋਂ, ਦੁਆਬਾ ਰੇਡੀਓ ਦੇ ਸਟੂਡੀਓ ਅੱਜ ਬੈਠੇ ਹਾਂ, ਤੇ ਸਾਨੂੰ ਇੱਥੇ ਵੀ ਆਉਣ ਦਾ ਮੌਕਾ ਮਿਲਿਆ, ਤੇ ਬਹੁਤ ਹੀ ਅਸੀਂ ਵਡਭਾਗੇ ਹਾਂ ਕਿ ਇਸ ਪਲੇਟਫਾਰਮ ਰਾਹੀਂ ਵੀ ਸਾਡੇ ਜਿਹੜੀ ਆ ਗੀਤ ਦੀ, ਸਾਡੇ ਸੌਂਗ ਦੀ ਪ੍ਰਮੋਸ਼ਨ ਹੋਈ ਆ। ਤੇ ਬਹੁਤ ਬਹੁਤ ਸ਼ੰਮੀ ਭਾਈ ਦਾ ਸ਼ੁਕਰੀਆ, ਪੂਰੀ ਟੀਮ ਦਾ, ਭੁੰਮਰਾ ਸਾਹਿਬ ਸਾਡੇ ਬਹੁਤ ਅੱਛੇ ਡਾਇਰੈਕਟਰ ਸਾਡੇ ਰੇਡੀਓ ਦੇ, ਤੇ ਇਹਨਾਂ ਦਾ ਬਹੁਤ ਸਾਨੂੰ ਸਹਿਯੋਗ ਰਹਿੰਦਾ ਆ ਜੀ ਜੀ। ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ, ਤੇ ਮੈਂ ਇਸ ਗੀਤ ਦਾ ਲਾਸਟ ਅੰਦਰਾ ਰੂਬਰੂ ਕਰ ਰਿਹਾ ਜੀ ਜੀ। ਲੱਗਾ ਲਿਖਣ ਤਰੀਫ ਤੇ ਸ਼ਬਦ ਛੋਟੇ ਪੈ ਗਏ, ਖਾਨਪੁਰ ਕਾਲਜ ਕਲਮ ਪੜ ਬਹਿ ਗਏ। ਲੱਗਾ ਲਿਖਣ ਤਰੀਫ ਤੇ ਸ਼ਬਦ ਛੋਟੇ ਪੈ ਗਏ, ਖਾਨਪੁਰ ਕਾਲਜ ਕਲਮ ਪੜ ਬਹਿ ਗਏ। ਐਵੇਂ ਤਾਂ ਨੀ ਬਾਦਸ਼ਾਹ, ਐਵੇਂ ਤਾਂ ਨੀ ਬਾਦਸ਼ਾਹ ਸ਼ਹੀਦਾਂ ਦਾ ਕਹਾਵੇਂ, ਮੁਗਲ ਹਕੂਮਤ ਤੂੰ ਨਰਕਾਂ ਨੂੰ ਜਾਵੇਂ, ਮੁਗਲ ਹਕੂਮਤ ਤੂੰ ਨਰਕਾਂ।